ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਅਮਰੀਕਾ ਤੋਂ ਚੰਡੀਗੜ੍ਹ ਪਹੁੰਚੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ NRI ਭੈਣ ਸੁਮਨ ਤੁਰ ਨੇ ਆਪਣੇ ਭਰਾ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਸਿੱਧੂ ਤੇ ਉਸਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਉਹਨਾਂ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਸਿੱਧੂ ਦੀ ਬੇਟੀ ਰਾਵੀਆ ਨੇ ਵੀ ਸੁਮਨ ਤੁਰ ਨੂੰ ਆਪਣੀ ਭੂਆ ਮੰਨਣ ਤੋਂ ਮਨਾ ਕਰ ਦਿੱਤਾ ਹੈ। ਰਾਵੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਦੇ ਦਾਦਾ ਭਗਵੰਤ ਸਿੰਘ ਸਿੱਧੂ ਨਜ਼ਰ ਆ ਰਹੇ ਹਨ, ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਬੈਠੇ ਹੋਏ ਹਨ। ਸਿੱਧੂ ਤਸਵੀਰ ਵਿੱਚ ਕਾਫੀ ਛੋਟੇ ਦਿਖ ਰਹੇ ਹਨ। ਫੋਟੋ ਵਿੱਚ ਰਾਬੀਆ ਨੇ ਲਿਖਿਆ ਹੈ ਕਿ ਦਾਦਾ ਤੇ ਉਹਨਾਂ ਦਾ ਇਕਲੌਤਾ ਬੱਚਾ ਡੈਡ। ਰਾਬੀਆ ਨੇ ਇਹ ਕੋਟ ਲਿਖਣ ਨਾਲ ਹੀ ਇਕਲੌਤੇ ਬੱਚੇ ਨੂੰ ਅੰਡਰਲਾਈਨ ਕਰਕੇ ਹਾਈਲਾਈਟ ਵੀ ਕੀਤਾ ਹੈ। ਇਸ ਤੋਂ ਸਪਸ਼ਟ ਹੈ ਕਿ ਉਹ ਆਪਣੇ ਪਿਤਾ ਨਾਲ ਖੜੀ ਹੈ ਤੇ ਸੁਮਨ ਤੁਰ ਨੂੰ ਉਸਨੇ ਆਪਣੀ ਭੂਆ ਮੰਨਣ ਤੋਂ ਮਨਾ ਕਰ ਦਿੱਤਾ ਹੈ। ਰਾਬੀਆ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਸਿਆਸਤ ਵਿੱਚ ਐਕਟਿਵ ਹੋ ਰਹੀ ਹੈ। ਪਿਤਾ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਰਾਬੀਆ ਸਭ ਤੋਂ ਪਹਿਲਾਂ ਵੇਰਕਾ ਹਲਕੇ ਵਿੱਚ ਦਿਖਣਾ ਸ਼ੁਰੂ ਹੋਈ ਸੀ। ਹੁਣ ਜਦੋਂ ਪਿਤਾ ਚੋਣਾਂ ਵਿੱਚ ਉਤਰ ਆਏ ਹਨ, ਉਹ ਪਿਤਾ ਲਈ ਪ੍ਰਚਾਰ ਵੀ ਕਰ ਰਹੀ ਹੈ। ਗੌਰਤਲਬ ਹੈ ਕਿ ਸਿੱਧੂ ਇਸ ਸਮੇਂ ਪਰਿਵਾਰਕ ਵਿਵਾਦ ਵਿੱਚ ਘਿਰ ਗਏ ਹਨ। ਸਿੱਧੂ ਦੀ ਵੱਡੀ ਭੈਣ ਸੁਮਨ ਤੁਰ ਨੇ ਦੋਸ਼ ਲਗਾਇਆ ਹੈ ਕਿ ਸਿੱਧੂ ਨੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਦੇ ਵੱਡੀ ਭੈਣ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਮੀਡੀਆ ਵਿੱਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ ਪਿਤਾ ਨਿਆਂਇਕ ਤੌਰ ਤੇ ਵੱਖ ਹੋਏ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ, ਪਰ ਇਹ ਸਾਰਾ ਕੁਝ ਝੂਠ ਹੈ। ਸੋ ਇਸ ਤੱਕ ਦੀ ਵੱਡੀ ਖਬਰ, ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।